लोकसभा चोणां लई पंजाब पहुंचे आम आदमी पार्टी आप दे सुप्रीमो अते दिल्ली दे मुख मंत्री अरविंद केजरीवाल अज जलंधर विच रोड शो करनगे। इह रोड शो शाम करीब 4 बजे शहर दे विचकार स्थित लवकुश चौंक तो शुरू होके भगत सिंह चौंक नेड़े समाप्त होवेगा। जानकारी अनुसार सीएम केजरीवाल लवकुश चौंक नेड़े लोकां नूं संबोधन भी करनगे। बीते दिन तो ही आप दी सीनियर लीडरशिप रोड शो दीआं तैयारियां विच रुचि होई है। जलंधर च मुख मंत्री केजरीवाल आप उम्मीदवार पवन कुमार टीनू लई वोटां मंगणगे। सीएम केजरीवाल दे प्रोग्राम नूं लै के जलंधर शहर विच पुलिस वल्लों सुरक्षा बढ़ा दित्ती गई है। पुलिस मुख मंत्री केजरीवाल दे रोड शो दे रूट दे हर नुक्कर ते तिखी नज़र रखेगी। इस दे नाल ही मुख मंत्री दे रोड शो दे रूट ते भारी फोर्स तैनात कीती गई सी। इस दे नाल ही सिविल वर्दी वाले कर्मचारियों ते अधिकारियों नूं भी रूट ते तैनात रहने लई कहा गया। राघव चड्डा अज दोपहर 1 बजे तो बाद रोड शो अते जन सभावां नूं संबोधन करना शुरू करनगे। उह सब तो पहला सानेवाल दीप कलोनी टंडारी खुर्द फोक पॉइंट पहुंचणगे। ਇੱਥੋਂ ਉਹ ਪਾਇਲ ਵਿਧਾਨ ਸਭਾ ਹਲਕੇ ਦੇ ਐਸਪੀਐਮ ਨਗਰ ਵਿੱਚ ਲੋਕਾਂ ਨੂੰ ਮਿਲਣਗੇ। ਚੱਡਾ ਸ਼ਾਮ 4 ਵਜੇ ਕ੍ਰਿਸ਼ਨਾ ਨਗਰ ਖੰਨਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਚੱਡਾ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਲਈ ਲੋਕਾਂ ਦਾ ਸਮਰਥਨ ਮੰਗਣਗੇ। ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਰਾਘਵ ਚੱਡਾ ਅੱਜ ਤੋਂ ਪੰਜਾਬ ਵਿੱਚ ਲੋਕ ਸਭਾ ਚੋਣ ਪ੍ਰਚਾਰ ਵਿੱਚ ਸਰਗਰਮ ਹੋ ਰਹੇ ਨੇ। ਚੱਡਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। ਅੱਜ ਦੁਪਹਿਰ 1 ਵਜੇ ਤੋਂ ਬਾਅਦ ਰੋਡ ਸ਼ੋ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰਨਗੇ। 31 ਸਾਲਾ ਰਾਘਵ ਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਦਾਖਲਾ ਲਿਆ। ਇੱਥੋਂ ਚਾਰਟਰਡ ਅਕਾਊਂਟੈਂਟ ਵਜੋਂ ਉਤਰੇ। 2012 ਵਿੱਚ ਜਦੋਂ ਉਹ ਕੁਝ ਦਿਨਾਂ ਲਈ ਦੇਸ਼ ਪਰਤੇ ਤਾਂ ਉਹਨਾਂ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਹੋਈ। ਇੱਥੋਂ ਹੀ ਸਿਆਸੀ ਸਫ਼ਰ ਦੀ ਨੀਂਹ ਰੱਖੀ ਗਈ ਹੈ। ਰਾਘਵ ਦਾ ਸੁਪਨਾ ਭਾਰਤੀ ਫੌਜ ਵਿੱਚ ਭਰਤੀ ਹੋਣਾ ਸੀ। ਰਾਘਵ 2019 ਦੀਆਂ ਲੋਕ ਸਭਾ ਚੋਣਾਂ 'ਚ ਦੱਖਣੀ ਦਿੱਲੀ ਤੋਂ ਆਪ ਉਮੀਦਵਾਰ ਸੀ। ਉਹਨਾਂ ਦੇ ਸਾਹਮਣੇ ਭਾਜਪਾ ਦੇ ਰਮੇਸ਼ ਵਿਧੂੜੀ ਅਤੇ ਕਾਂਗਰਸ ਦੇ ਮੁੱਕੇਬਾਜ਼ ਬਿਜਿੰਦਰ ਸਿੰਘ ਸੀ। ਇਹ ਸੀਟ ਬੀਜੇਪੀ ਦੇ ਰਮੇਸ਼ ਵਿਧੂੜੀ ਨੇ ਜਿੱਤੀ ਸੀ। ਇਹਨਾਂ ਚੋਣਾਂ ਵਿੱਚ ਰਾਘਵ ਦੂਜੇ ਸਥਾਨ 'ਤੇ ਰਹੇ। ਉਹ ਆਪ ਦੇ ਕੌਮੀ ਬੁਲਾਰੇ ਅਤੇ ਹੁਣ ਰਾਜ ਸਭਾ ਮੈਂਬਰ ਵੀ ਨੇ।